ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰ ਟ੍ਰੀਵੋ। ਮੈਂ ਹਾਂ ਜਤਿੰਦਰ ਸਿੰਘ। ਅੱਜ ਤੁਹਾਡੇ ਨਾਲ ਜੋ ਗੱਲ ਡਿਸਕਸ ਕਰਨ ਵਾਲੇ ਹਾਂ, ਨਿਊਜ਼ੀਲੈਂਡ ਟੂਰਿਸਟ ਵੀਜ਼ਾ ਬਾਰੇ ਕੀ ਅਪਡੇਟ ਚੱਲ ਰਹੀ ਹੈ, ਕਿ ਵੀਜ਼ਾ ਹਜੇ ਵੀ ਆ ਰਹੇ ਹੈ ਕਿ ਨਹੀਂ ਆ ਰਹੇ, ਇਮੀਗ੍ਰੇਸ਼ਨ ਪ੍ਰੋਬਲਮਸ ਕਿਹਨਾਂ ਨੂੰ ਆ ਰਹੀ ਹੈ, ਅਤੇ ਕੀ ਵੀਜ਼ਾ ਹੁਣ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ, ਉਹਦੇ ਬਾਰੇ ਗੱਲ ਕਰਨੀ ਹੈ। ਜੇ ਨਿਊਜ਼ੀਲੈਂਡ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲੈਣਾ, ਕਾਫੀ ਕੰਮ ਦੀ ਇਨਫੋਰਮੇਸ਼ਨ ਜੋ ਹੈ ਤੁਹਾਨੂੰ ਮਿਲੇਗੀ। ਸਭ ਤੋਂ ਪਹਿਲਾਂ ਜੋ ਵੱਡੀ ਅਪਡੇਟ ਹੈ ਕਿ ਨਿਊਜ਼ੀਲੈਂਡ ਦੇ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਲਗਭਗ ਸਿਮਲਰ ਚੱਲ ਰਿਹਾ ਜੋ ਅੱਜ ਤੋਂ ਇੱਕ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਸੀਗਾ। ਬਸ ਥੋੜ੍ਹਾ ਜਿਹਾ ਡਿਫਰੈਂਸ ਇਹ ਹੈ ਕਿ ਵੀਜ਼ਾ ਪ੍ਰੋਸੈਸ ਟਾਈਮ ਜਿਹੜਾ ਉਹ ਥੋੜ੍ਹਾ ਜਿਹਾ ਡਿਲੇ ਹੋ ਗਿਆ। ਪਹਿਲਾਂ ਵਿਦਇਨ 1 ਡੇ 2 ਡੇਜ਼ ਜਾਂ 5 ਡੇਜ਼ ਦੇ ਵਿੱਚ ਵੀ ਵੀਜ਼ਾ ਕਾਫੀ ਦੇਖਣ ਨੂੰ ਮਿਲਿਆ, ਬਟ ਹੁਣ ਮੈਕਸੀਮਮ ਜੋ ਰਿਜ਼ਲਟ ਨੇ ਉਹ 10 ਤੋਂ 15 ਦਿਨ ਦੇ ਵਿੱਚ ਆ ਰਹੇ ਨੇ, ਅਤੇ ਜਿਹੜਾ ਇਹ ਇੱਕ ਥੋੜ੍ਹਾ ਜਿਹਾ ਜ਼ਰੂਰ ਡਿਫਰੈਂਸ ਆਇਆ। ਹੋ ਸਕਦਾ ਕਿ ਐਪਲੀਕੇਸ਼ਨ ਜਿਹੜੀਆਂ ਨੇ ਵਧੀਆ ਹੋਣ ਜਾਂ ਵੀਜ਼ਾ ਅਫਸਰ ਥੋੜ੍ਹਾ ਜਿਹਾ ਇਸ ਚੀਜ਼ 'ਤੇ ਟਾਈਮ ਜ਼ਿਆਦਾ ਲਾ ਰਹੇ ਹੋਣ, ਕੋਈ ਵੀ ਰੀਜ਼ਨ ਹੋ ਸਕਦਾ। ਸੈਕਿੰਡ ਜੋ ਚੀਜ਼ ਹੈ ਵੀਜ਼ਾ ਜੇ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਉਹ ਲਗਭਗ ਸੇਮ ਹੀ ਆ। ਜੇ ਥੋੜ੍ਹਾ ਬਹੁਤ ਡਿਫਰੈਂਸ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਬਟ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ। ਕਿ ਜੇ ਗੱਲ ਕਰੀਏ ਕਿ ਪਹਿਲਾਂ ਜੋ ਵੀਜ਼ਾ ਸਕਸੈਸ ਰੇਟ ਸੀਗੀ ਉਵੇਂ ਦੀ ਸਿਮਲਰ ਚੱਲ ਰਹੀ ਹੈ, ਤਾਂ ਵੀਜ਼ਾਸ ਵੀ ਕੰਟੀਨਿਊ ਆ ਰਹੇ ਨੇ। ਹੁਣ ਰਹਿ ਗਈ ਗੱਲ ਇਮੀਗ੍ਰੇਸ਼ਨ ਅਪਡੇਟ ਦੀ, ਕਿ ਜਿਹੜੀ ਇਮੀਗ੍ਰੇਸ਼ਨ ਕਲੀਅਰੈਂਸ ਦੀ ਜਿਹੜੀ ਪ੍ਰੋਬਲਮ ਹੈ, ਕਾਫੀ ਕੁਐਸਚਨਸ ਨੇ, ਕਿਉਂਕਿ ਕਾਫੀ ਲੋਕਾਂ ਨੂੰ ਉੱਥੋਂ ਵਾਪਸ ਕੀਤਾ ਵੀ ਗਿਆ ਅਤੇ ਬਹੁਤ ਜਣਿਆਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪਈ ਹੈ। ਇਹਦੇ ਪਿੱਛੇ ਕਾਫੀ ਵੱਡਾ ਇੱਕ ਰੀਜ਼ਨ ਹੈ। ਮੈਕਸੀਮਮ ਪ੍ਰੋਬਲਮ ਕਿਹਨੂੰ ਆ ਰਹੀ ਹੈ, ਜਿਨ੍ਹਾਂ ਕੋਲ ਡਾਕੂਮੈਂਟਸ ਨਹੀਂ ਹੁੰਦੇ ਕੰਪਲੀਟ ਜਦੋਂ ਟਰੈਵਲ ਕਰਦੇ ਨੇ, ਜਾਂ ਫਿਰ ਜਿਨ੍ਹਾਂ ਕੋਲ ਕੰਪਲੀਟ ਇਨਫੋਰਮੇਸ਼ਨ ਨਹੀਂ ਹੁੰਦੀ, ਕਿਉਂਕਿ ਤੁਹਾਡੇ ਕੋਲ ਕੁਐਸਚਨਿੰਗ ਹੁੰਦੀ ਹੈ ਏਅਰਪੋਰਟ 'ਤੇ, ਇੰਡੀਆ ਤੋਂ ਵੀ ਹੋ ਸਕਦੀ ਹੈ, ਜਿੱਥੇ ਰਾਹ ਦੇ ਵਿੱਚ ਤੁਸੀਂ ਫਲਾਈਟ ਚੇਂਜ ਕਰਦੇ ਹੋ, ਤੁਹਾਡੀ ਉੱਥੇ ਏਅਰਕ੍ਰਾਫਟ ਚੇਂਜ ਹੁੰਦਾ, ਉੱਥੇ ਵੀ ਤੁਹਾਡੀ ਕੁਐਸਚਨਿੰਗ ਹੋ ਸਕਦੀ ਹੈ। ਈਵਨ ਤੁਹਾਨੂੰ ਉੱਥੇ ਪਹੁੰਚ ਕੇ ਵੀ ਕੁਐਸਚਨਿੰਗ ਹੋ ਸਕਦੀ ਹੈ। ਜੇ ਸਾਰੀ ਚੀਜ਼ਾਂ ਕਿਤੇ ਵੀ ਤੁਹਾਡੇ ਕੋਲ ਕੁਐਸਚਨਿੰਗ ਹੁੰਦੀ ਹੈ, ਵੀਜ਼ਾ ਅਫਸਰ ਨਾਲ ਤੁਹਾਡੀ ਗੱਲ ਵੀ ਕਰਾਈ ਜਾ ਸਕਦੀ ਹੈ, ਕਿਉਂਕਿ ਮੈਕਸੀਮਮ ਐਵੇਂ ਹੋ ਰਿਹਾ ਕਿ ਏਅਰਪੋਰਟ 'ਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਨਾਲ ਗੱਲ ਕਰਾ ਦਿੰਦੇ ਆ, ਉਸ ਟਾਈਮ ਤੁਹਾਡਾ ਕੁਐਸਚਨਿੰਗ ਹੋ ਜਾਂਦੀ ਹੈ ਅਤੇ ਦੈਨ ਤੁਹਾਨੂੰ ਉਹਦੇ ਆਨਸਰ ਦੇਣੇ ਪੈਂਦੇ। ਜੇ ਉਹ ਸਾਰਾ ਕੁਝ ਠੀਕ ਹੁੰਦਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਚੜ੍ਹਨ ਦਿੱਤਾ ਜਾਂਦਾ। ਦੈਨ ਆਫਟਰ ਜੇ ਇੱਥੋਂ ਕੁਐਸਚਨਿੰਗ ਨਹੀਂ ਹੋਈ ਤਾਂ ਤੁਹਾਨੂੰ ਜਿਹੜੀ ਕੁਐਸਚਨਿੰਗ ਹੈ ਅੱਗੇ ਜਾ ਕੇ ਜਿੱਥੇ ਵੀ ਤੁਹਾਡਾ ਲੇਓਵਰ ਹੈ, ਜਿੱਥੇ ਤੁਹਾਡਾ ਸਟੇ ਹੁੰਦਾ ਥੋੜ੍ਹੇ ਟਾਈਮ ਦਾ, ਉੱਥੇ ਹੋ ਸਕਦੀ ਹੈ। ਜੇ ਉੱਥੇ ਵੀ ਤੁਹਾਡੇ ਆਨਸਰ ਤੁਹਾਡੇ ਠੀਕ ਨੇ, ਜੇ ਪਹਿਲਾਂ ਕੁਐਸਚਨਿੰਗ ਨਹੀਂ ਹੋਈ ਦੈਨ ਤੁਹਾਡੇ ਉੱਥੇ ਚਾਂਸ ਨੇ, ਜੇ ਪਹਿਲਾਂ ਹੋ ਗਈ ਫਿਰ ਨੈਕਸਟ ਟਾਈਮ ਉੱਥੇ ਚਾਂਸ ਨਹੀਂ ਹੁੰਦੇ, ਘੱਟ ਹੁੰਦੇ ਕਿ ਤੁਹਾਡੇ ਕੋਲ ਦੁਬਾਰਾ ਇੰਟਰਵਿਊ ਕਰਾਇਆ ਜਾਏ, ਕਿਉਂਕਿ ਏਅਰਲਾਈਨ ਨੇ ਹੀ ਕਰਾਉਣਾ ਹੁੰਦਾ। ਜੇ ਏਅਰਲਾਈਨ ਇੱਕ ਵਾਰੀ ਪਹਿਲਾਂ ਇੰਟਰਵਿਊ ਕਰਾ ਚੁੱਕੀ ਦੁਬਾਰਾ ਨਹੀਂ ਕਰਾਉਂਦੀ, ਅਤੇ ਉਸ 'ਤੇ ਜੇ ਦੁਬਾਰਾ ਹੁੰਦੇ ਉੱਥੇ ਕੁਐਸਚਨਿੰਗ ਹੁੰਦੀ ਹੈ, ਤੁਸੀਂ ਉੱਥੇ ਆਨਸਰ ਦੇਣੇ ਆ, ਸੇਮ ਹੀ ਸਿਮਲਰ ਜਿਹਾ ਇੰਟਰਵਿਊ ਹੁੰਦਾ ਜੋ ਵੀਜ਼ਾ ਵਾਸਤੇ ਹੁੰਦਾ, ਸੇਮ ਕੁਐਸਚਨਿੰਗ ਉਹੀ ਹੈ, ਟਰੈਵਲ ਪਲਾਨ ਕੀ ਹੈ, ਨਿਊਜ਼ੀਲੈਂਡ 'ਚ ਕੋਈ ਰਹਿ ਰਿਹਾ ਕਿ ਨਹੀਂ ਰਹਿ ਰਿਹਾ, ਤੁਸੀਂ ਡਾਕੂਮੈਂਟ ਕਿਹੜੇ ਲਾਏ ਨੇ, ਤੁਸੀਂ ਫਾਈਲ ਕਿੱਥੋਂ ਰੈਡੀ ਕੀਤੀ, ਕਿਹਨੇ ਕੀਤੀ। ਮੈਕਸੀਮਮ ਤੁਹਾਨੂੰ ਰਿਪਲਾਈ ਕਰਨਾ ਚਾਹੀਦਾ ਕਿ ਤੁਸੀਂ ਖੁਦ ਆਪਣੀ ਪ੍ਰੋਫਾਈਲ ਰੈਡੀ ਕੀਤੀ ਹੈ, ਏਜੰਟ ਦਾ ਜੇ ਉਹਦੇ 'ਚ ਰੋਲ ਦਿਖਾਉਂਦੇ ਹੋ ਤਾਂ ਦੈਨ ਤੁਹਾਡੇ 'ਤੇ ਕੁਐਸਚਨਿੰਗ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਅਤੇ ਜਿੱਥੋਂ ਵੀ ਕਿਤੇ ਅਪਲਾਈ ਕਰ ਰਹੇ ਹੋ ਆਪਣਾ, ਤੁਸੀਂ ਈਮੇਲ ਲੋਗਿਨ ID ਸ਼ੇਅਰ ਕਰਵਾ ਲਓ, ਆਪਣਾ ਲੋਗਿਨ ਕਰਕੇ ਖੁਦ ਦੇਖ ਲਓ ਆਪਣਾ, ਅਤੇ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਡਾਕੂਮੈਂਟ ਜਿਹੜੇ ਲੱਗੇ ਨੇ, ਟਰੈਵਲ ਪਲਾਨ ਲੱਗਿਆ, ਉਹ ਤੁਸੀਂ ਆਪਣੇ ਲੈ ਲਓ, ਦੈਨ ਤੁਹਾਡੇ ਕੋਲ ਉਹ ਚੀਜ਼ਾਂ ਹੈਗੀਆਂ ਨੇ, ਦੈਨ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਜੋ ਜੋ ਡਾਕੂਮੈਂਟ ਸਬਮਿਟ ਕੀਤੇ ਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੋਵੇ, ਜੇ ਸਾਰੀ ਡਿਟੇਲਸ ਹੁੰਦੀ ਹੈ ਤਾਂ ਨਿਊਜ਼ੀਲੈਂਡ 'ਚ ਦਿੱਕਤ ਨਹੀਂ ਆਉਂਦੀ। ਅਤੇ ਨਿਊਜ਼ੀਲੈਂਡ ਅਪਲਾਈ ਕਰਨ ਦਾ ਠੀਕ ਟਾਈਮ ਹੈ, ਤੁਹਾਨੂੰ ਕਰ ਲੈਣਾ ਚਾਹੀਦਾ ਜੇ ਤੁਹਾਡਾ ਪਲਾਨ ਟਰੈਵਲ ਕਰਨ ਦਾ, ਕਿਉਂਕਿ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ ਟੂਰਿਸਟ ਵੀਜ਼ਾ ਦੀ ਡਿਮਾਂਡ ਕਾਫੀ ਹੈ, ਅਤੇ ਉੱਥੇ ਵਰਕਰਸ ਦੀ ਵੀ ਡਿਮਾਂਡ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਟਰੈਵਲ ਹਿਸਟਰੀ ਲਈ ਵੀ ਵਧੀਆ ਕੰਟਰੀ ਹੈ, ਅਤੇ ਥਰਡ ਜੀ ਨਿਊਜ਼ੀਲੈਂਡ ਤੋਂ ਤੁਸੀਂ ਟਰੈਵਲ ਕਰਕੇ ਵਾਪਸ ਆ ਜਾਂਦੇ ਹੋ ਤਾਂ ਦੈਨ ਤੁਹਾਡੇ ਆਸਟ੍ਰੇਲੀਆ ਵੀਜ਼ਾ ਦੇ ਜਿਹੜੇ ਚਾਂਸ ਨੇ ਉਹ ਵੀ ਬਹੁਤ ਵਧੀਆ ਹੋ ਜਾਂਦੇ ਆ। ਅਤੇ ਇਹ ਸੀ ਅਪਡੇਟ ਨਿਊਜ਼ੀਲੈਂਡ ਟੂਰਿਸਟ ਵੀਜ਼ਾ ਦੀ। ਉਮੀਦ ਕਰਦੇ ਇਨਫੋਰਮੇਸ਼ਨ ਸਹੀ ਲੱਗੀ ਹੋਵੇ, ਜੇ ਚੰਗੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।